ਸਰੋਂ ਦੀ ਬਿਜਾਈ ਕਰ ਰਹੇ ਆ ਜੀ ਮੈਨੂਅਲੀ ਹੱਥਾਂ ਦੇ ਨਾਲ ਤੁਸੀਂ ਦੇਖੋ ਖੇੜਾਂ ਦੇ ਉੱਪਰ ਇਹ ਆਪਣੀਆਂ ਖੇੜਾਂ ਪਈਆਂ ਜੀ ਪੂਰੀ ਵੀਡੀਓ ਜਲਦੀ ਆ ਜਾਏਗੀ ਜੀ ਇੱਕ ਦੇ ਦੇ ਦਿਨ ਦੇ ਵਿੱਚ ਵਿੱਚ ਮੈਂ ਪੂਰੀ ਜਿਹੜੀ ਕੰਪਲੀਟ ਵੀਡੀਓ ਪਾ ਦਾਂਗੇ ਦੇਖੋ ਜੀ 7 ਤੋਂ 8 8-8 ਇੰਚ ਦੇ ਅਸੀਂ ਇੱਕ ਇੱਕ ਦਾਣਾ ਲਾ ਰਹੇ ਹਾਂ ਕਿਹੜੇ-ਕਿਹੜੇ ਤਰੀਕੇ ਨਾਲ ਪਿਛਲੇ ਸਾਲ ਜਿਹੜੀ ਸਰੋਂ ਦੇ ਰਿਜ਼ਲਟ ਆ ਜਿਹੜੇ ਜਾਦੇ ਵਧੀਆ ਸਾਨੂੰ ਮਿਲੇ ਆ ਤੇ ਉਹਨਾਂ ਦੋਹਾਂ ਤਰ੍ਹਾਂ ਤਰੀਕਿਆਂ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਇੱਕ ਵੀਡੀਓ ਬਣਾ ਕੇ ਪਾਤੀ ਆ ਜੀ ਜੇ ਉਹ ਨਹੀਂ ਦੇਖੀ ਤਾਂ ਪਹਿਲਾਂ ਉਹ ਵੀਡੀਓ ਦੇਖ ਲਓ ਦੂਜੀ ਵੀਡੀਓ ਕੱਲ੍ਹ ਤੱਕ ਪਾ ਦਾਂਗੇ ਤੇ ਕਿਹੜੇ ਕਿਹੜੇ ਤਰੀਕੇ ਨਾਲ ਕਿੰਨੀ ਕਿਹੋ ਜੀ ਪਰਫਾਰਮੈਂਸ ਰਹੀ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਜਰੂਰ ਕਰਾਂਗੇ ਇਹ ਤਰੀਕਾ ਸਾਡਾ ਬਹੁਤ ਕਾਮਯਾਬ ਰਿਹਾ ਜੀ ਅਸੀਂ ਪlant population ਘਟ ਕਰਤੀਆਂ ਬੀਜ ਦੀ ਮਾਤਰਾ ਸਿਰਫ 150 ਗ੍ਰਾਮ ਲੈਣਾ ਜੀ 1 ਕਿੱਲੇ ਦੇ ਪਿੱਛੇ ਇਤੋਂ ਜ਼ਿਆਦਾ ਬੀਜ ਆਪਾਂ ਨਹੀਂ ਪਾਉਣਾ